ਸੱਚਰੇ ਕਾਲ ਜੀ ਸਾਰਿਆਂ ਨੂੰ ਜੇਕਰ ਤੁਹਾਡਾ ਗਰਮੀਆਂ ਦੇ ਵਿੱਚ ਮੂੰਹ ਬਹੁਤ ਜ਼ਿਆਦਾ ਪੱਕਦਾ ਹੈ ਜਾਨੀ ਕਿ ਮੂੰਹ ਦੇ ਵਿੱਚ ਜੇਕਰ ਛਾਲੇ ਹੋ ਜਾਂਦੇ ਆ ਤਾਂ ਤੁਸੀਂ ਕੀ ਕਰਨਾ ਹੈ ਦਹੀਂ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਕੇਲਾ ਕੱਟ ਕੇ ਖਾਣਾ ਹੈ ਜੋ ਕਿ ਮੂੰਹ ਦੇ ਵਿੱਚ ਜੇਕਰ ਛਾਲੇ ਹੋ ਜਾਣ ਮੂੰਹ ਪੱਕੇ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਮੈਡੀਸਨ ਆ ਬਹੁਤ ਹੀ ਜਲਦੀ ਫਾਇਦਾ ਕਰਦਾ ਹੈ ਇਹ ਸੋ ਤੁਸੀਂ ਇਸ ਤਰੀਕੇ ਨਾਲ ਖਾ ਸਕਦੇ ਹੋ ਦੇਖੋ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਹੈ ਤੇ ਹੁਣ ਤੁਸੀਂ ਇਹਦਾ ਇਸ ਤਰੀਕੇ ਨਾਲ ਸੇਵਨ ਕਰ ਸਕਦੇ ਹੋ ਤੇ ਇਹ ਬਹੁਤ ਹੀ ਜਲਦੀ ਫਾਇਦਾ ਕਰਦਾ ਹੈ ਥੈਂਕ ਯੂ